ਸ਼ਹਿਰ ਦੇ ਵਿੱਚ ਚੋਰਾਂ ਦੇ ਹੌਸਲੇ ਹੋਏ ਬੁਲੰਦ। ਬਿਨਾਂ ਕਿਸੇ ਖੌਫ ਤੋਂ ਪਹਿਲਾਂ 2 ਮੋਟਰਸਾਈਕਲ ਤੇ ਸਵਾਰ 4 ਚੋਰਾਂ ਨੇ ਕੀਤੀ ਰੇਕੀ ਅਤੇ ਫੇਰ ਫਿਲੌਰ ਦੇ ਤਲਵਰ ਰੋਡ ਤੇ ਸੈਂਬੀ ਇਲੈਕਟ੍ਰੋਨਿਕ ਤੇ ਕੀਤਾ ਹੱਥ ਸਾਫ। ਬੀਤੀ ਰਾਤ ਤਕਰੀਬਨ 2:30 ਵਜੇ ਚੋਰਾਂ ਨੇ ਦੁਕਾਨ ਵਿੱਚੋਂ LCD, ਮੋਬਾਈਲ ਫੋਨ, ਮਿਕਸਰ ਗ੍ਰਾਈਂਡਰ ਅਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਦੁਕਾਨ ਮਾਲਕ ਰਣਜੀਤ ਸਿੰਘ ਨੇ ਦੱਸਿਆ ਕਿ ਤਕਰੀਬਨ 4 ਲੱਖ ਦਾ ਸਮਾਨ ਚੋਰੀ ਹੋਇਆ ਅਤੇ ਰਾਤ ਤਕਰੀਬਨ 3:30 ਵਜੇ ਜਦੋਂ ਸੀਵਨ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਪੁਲਿਸ ਮਾਮਲੇ ਦੀ ਛਾਣਬੀਣ ਕਰ ਰਹੀ ਸੀ। ਮੌਕੇ ਤੇ ਪਹੁੰਚੇ ASI ਨਿਰਮਲ ਸਿੰਘ ਨੇ ਮਾਮਲਾ ਦਰਜ ਕਰ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਾਡੀ ਬੈਂਕ ਸ਼ਾਪ ਦੇ ਨਾਲ ਹੈ ਨਾ, ICICI ਬੈਂਕ ਆ, ਉੱਥੇ ATM ਦੇ ਚੌਂਕੀਦਾਰ ਨੇ ਸਾਨੂੰ ਕੋਈ 3:30-4 ਵਜੇ ਫੋਨ ਕੀਤਾ ਵੀ ਤੁਹਾਡੀ ਦੁਕਾਨ ਦਾ ਨਾ ਸ਼ਟਰ ਖੁੱਲ੍ਹਾ ਪਿਆ ਹੈ ਜੀ। ਅਸੀਂ ਭੱਜ ਕੇ ਆਇਆ ਕਿ ਦੁਕਾਨ 'ਤੇ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ, ਸ਼ਟਰ ਉੱਪਰ ਚੱਕਿਆ ਆਇਆ ਸੀ ਜੀ, ਅਤੇ ਸਾਡੇ ਕੰਧ ਦੇ ਨਾਲ ਲੈਣੀਆਂ 7-8 ਕੋਈ 2.5-3 ਲੱਖ ਦੀਆਂ ਜੀ, ਛੋਟਾ ਮੋਟਾ 10,000 ਕੈਸ਼ ਸੀ ਗੱਲੇ 'ਚ ਪਿਆ ਜੀ, GMG ਛੋਟਾ ਮੋਟਾ ਇਲੈਕਟ੍ਰੋਨਿਕ ਦਾ ਸਾਰਾ ਸਮਾਨ ਗਾਇਬ ਪਿਆ। ਤਾਂ ਮੋਬਾਈਲ ਪਰ ਵੀ ਵੇਚਦੇ ਤੁਸੀਂ? ਮੋਬਾਈਲ ਵੀ ਵੇਚਦੇ ਹਾਂ, ਮੋਬਾਇਲ ਪਰ ਅਸੀਂ ਘਰ ਨੂੰ ਲੈਂਦੇ ਹਾਂ, ਥੋੜ੍ਹੇ ਜਿਹੇ ਮੋਬਾਈਲ ਇੱਥੇ ਪਏ ਸੀ। ਅੱਛਾ ਜੀ। 10,000-15,000 ਦੇ ਉਹ ਮੈਸੇਜ ਪਏ ਗਏ। ਕੁੱਲ ਕਿੰਨਾ ਕੁ ਨੁਕਸਾਨ ਤੁਹਾਡਾ ਹੋ ਗਿਆ? ਕੋਈ ਘੱਟੋ ਘੱਟ 3-4 ਲੱਖ ਦਾ। ਠੀਕ ਆ। ਤੇ ਤੁਸੀਂ ਗਿਣਤੀ ਕਰਾਂਗੇ, ਪੁਲਿਸ ਨੂੰ ਮੌਕੇ ਤੇ ਸੱਦਿਆ ਸੀ? ਹਾਂਜੀ ਹਾਂਜੀ, ਪੁਲਿਸ ਨੂੰ ਜਦੋਂ ਫੋਨ ਕੀਤਾ ਉਹ ਕੋਈ 10-20 ਮਿੰਟ ਦੇ ਵਿੱਚ ਪਹੁੰਚ ਗਿਆ ਸੀ। ਨੁਕਸਾਨ ਉਹ ਕਰ ਰਹੇ ਜਿਹੜੇ ਮਾਲਕ ਨੇ ਉਹ ਆਪਣਾ ਸਮਾਨ ਚੈੱਕ ਕਰ ਰਹੇ, ਉਹ ਚੈੱਕ ਕਰਕੇ ਆਪਣਾ ਦੱਸਣਗੇ ਵੀ ਕਿੰਨਾ ਫੇਰ ਹੈ ਉਹਦੇ ਹਿਸਾਬ ਨਾਲ। ਐਸਟੀਮੇਟ ਨਹੀਂ, ਅਜੇ ਅੰਦਾਜ਼ਾ ਹੀ ਹੈ ਬਸ। ਕਿੰਨਾ ਕੁ ਹੋਇਆ? ਕਾਫੀ ਨੁਕਸਾਨ ਹੋਇਆ ਕਹਿੰਦੇ, ਅਤੇ ਉਹ ਹੁਣ ਵੈਰੀਫਾਈ ਕਰ ਰਹੇ ਵੀ ਉਹਨਾਂ ਦਾ ਕੀ ਸਮਾਨ ਗਿਆ, ਕਿੰਨੇ ਕਦਾ ਗਿਆ, ਉਹਦਾ ਅਪਰੋਕਸੀਮੇਟਲੀ ਅੰਦਾਜ਼ਾ ਫਿਰ ਉਹ ਦੱਸਣਗੇ, ਉਹ ਫਿਰ ਉਸ ਹਿਸਾਬ ਨਾਲ ਹੀ ਕਾਰਵਾਈ। ਕਿੰਨੇ ਹਜ਼ਾਰਾਂ 'ਚ ਲੱਖਾਂ 'ਚ? ਇਹ ਕੁਛ ਹੁਣ ਉਹਨਾਂ ਦੇ ਦੱਸਣ 'ਤੇ ਹਜ਼ਾਰਾਂ 'ਚ ਲੱਖਾਂ 'ਚ ਉਹ ਜਿੰਨਾ ਦੱਸਣਗੇ। ਸਰ ਇਹ ਮੇਨ ਮਾਰਕੀਟ ਹੈਗੀ ਆ ਫਲੋਰ ਦੀ, ਇੱਥੇ ਕੋਈ ਚੌਂਕੀਦਾਰ ਵਗੈਰਾ ਦੀ ਸੁਵਿਧਾ ਨਹੀਂ ਹੈਗੀ? ਚੌਂਕੀਦਾਰ ਦੇਖੋ ਉਹ ਸਾਈਡ 'ਤੇ ਤਾਂ ਸਾਰੇ ਨੇ ਆਪਣੇ ਰੱਖੇ ਹੋਏ ਆ, ਅਸੀਂ ਵੀ ਰਾਤ ਨੂੰ ਚੱਕਰ ਮਾਰੀ ਦਾ ਸਾਰੇ ਕੁਛ ਹੀ, ਪਰ ਫਿਰ ਵੀ ਉਹ ਜਿੱਦਾਂ ਕਹਿ ਲਓ ਵੀ ਇੱਥੇ ਹੋਈ ਆ, ਦੂਜੇ ਪਾਸੇ ਚੱਕਰ ਮਾਰ ਗਈ ਆ, ਬਸ ਉਸੇ ਟਾਈਮ ਦੇ ਕੰਮ ਹੀ ਹੋਇਆ। ਠੀਕ ਆ। ਹੋਰ ਵੀ ਚੋਰੀ ਹੋਈ ਸਰ ਇੱਥੇ ਕੋਈ? ਨਹੀਂ ਨਹੀਂ, ਹੋਰ ਤਾਂ ਕੋਈ। ਫਲੋਰ ਤੋਂ ਪ੍ਰਭਪਾਲ ਦੀ ਰਿਪੋਰਟ।